मौका दिता। मैम ने मौका दिता है, लेकिन उस तो पहले तुहाडी की सोच सी कि तुसी की बनना चाहते सी? मैं SSP बनना चाहती सी। मैम तो इंस्पायर हूं। मैम ने मौका दिता, उस तो पहले तुसी SSP बनना चाहते सी, ओ किन्ने सोच पजाई, ओ किन्ने क्या तुसी SSP बनना है? मेरे फादर ने ही मैनु सारा इंस्पिरेशन दिती सी। केड़ी क्लास से पढ़ी था? 9th। केड़े स्कूल दे? सरदार पटेल कॉन्वेंट पब्लिक हाई स्कूल इन खो वाली टाप। किवें लग रहा तुहानू इत्थे आ गए, जेड़ी पूरे जिले की सब तो वड्डी चेयर ते तुसी बैठे हो? बहुत वधिया लग रहा जी। की हुण मैसेज देना चाहोगे जो बच्चे आपदा जो SSP बनना चाहते, IPS बनना चाहते? मैं उन्होंने मैसेज देना चाहनी हाँ भी सारे बच्चे आपदा सपना पूरा करन, कुछ भी उधराना छड़न, ताकि आप वड्डे होके सब नू बन के कुछ दिखाओ। किवें तुहाडे वल्लों हुण जे जनता नाल मेल मिलाप किया जाएगा? ਤੁਸੀਂ ਅੱਜ SSP ਬਣੇ ਹੋ, ਇੱਕ ਦਿਨ ਦੇ SSP ਹੋ, ਤੁਹਾਨੂੰ ਕੀ ਲੱਗਦਾ ਕਿ ਪਹਿਲਾ ਕੰਮ ਕੀ ਕਰਨਾ ਚਾਹੀਦਾ ਤੁਹਾਨੂੰ? ਪਹਿਲਾ ਕੰਮ ਤਾਂ ਵੀ ਸਭ ਤੋਂ ਪਹਿਲਾਂ ਨਸ਼ਾ ਛੁਡਾਉਣਾ ਚਾਹੀਦਾ, ਵੀ ਜੋ ਮਾਵਾਂ ਦੇ ਪੁੱਤ ਖਰਾਬ ਹੋ ਰਹੇ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ। ਇਹ ਤੁਸੀਂ ਕਿਵੇਂ ਕਹਿ ਸਕਦੇ ਨਸ਼ਾ ਖਰਾਬ ਕਰ ਰਿਹਾ, ਕਿ ਪਹਿਲੇ ਪਿੰਡਾਂ 'ਚ ਕਿਸ ਤਰੀਕੇ ਨਸ਼ੇ ਦੀ ਕੋਈ ਹਵਾ ਚੱਲੀ ਹੋਈ ਹੈ? ਹਵਾ ਨਹੀਂ, ਵੀ ਬਹੁਤ ਸਾਰੇ ਮੀਡੀਆ 'ਤੇ ਵੀ ਬਹੁਤ ਕੁਛ ਹੁੰਦਾ, ਬੱਚੇ ਮੂਵੀ 'ਚ ਵੀ ਬਹੁਤ ਕੁਛ ਖਰਾਬ ਕਰਦੇ ਨੇ। ਯਾਨੀ ਕਿ ਨਸ਼ਿਆਂ ਨੂੰ ਲੈ ਕੇ ਤੁਸੀਂ ਸਭ ਤੋਂ ਪਹਿਲਾਂ ਗਿਆ? ਕੋਈ ਹੋਰ ਖਾਸ ਮੈਸੇਜ ਦੇਣਾ ਚਾਹੋਗੇ? ਖਾਸ ਮੈਸੇਜ ਇਹ ਹੈ ਕਿ ਕੁੜੀਆਂ ਨੂੰ ਪੜ੍ਹਾਉਣ, ਉਹਨਾਂ ਨੂੰ ਪਿੱਛੇ ਨਾ ਹਟਾਉਣ, ਉਹਨਾਂ ਨੂੰ ਵਧੀਆ ਮੌਕਾ ਦੇਣ ਹਰੇਕ ਕੰਮ ਕਰਨ ਦਾ। ਤੇ ਅੱਜ ਕੱਲ੍ਹ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਆ ਰਹੀਆਂ ਨੇ, ਤਾਂ ਕੁੜੀਆਂ ਨੂੰ ਹਰੇਕ ਚੀਜ਼ ਜੋ ਕਹਿੰਦੀਆਂ ਨੇ ਵੀ ਉਹ ਪੜ੍ਹਨਾ ਚਾਹੁੰਦੀਆਂ ਤਾਂ ਉਹਨਾਂ ਨੂੰ ਪੜ੍ਹਾਉਣ। ਮੈਡਮ ਬਾਰੇ ਕੀ ਕਹਿਣਾ ਚਾਹੋਗੇ? ਮੈਂ ਮੈਮ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜੋ ਮੈਮ ਨੇ ਮੈਨੂੰ ਇੱਥੇ ਇਸ ਕੁਰਸੀ ਤੇ ਬਿਠਾਇਆ। ਹਾਂਜੀ, ਬੱਚੀ ਇਹਦਾ ਨਾਮ ਖੁਸ਼ਦੀਪ ਕੌਰ ਹੈ ਜੀ। ਇਹਨਾਂ ਨਾਲ ਮੇਰਾ ਰਾਬਤਾ ਹੋਇਆ ਸੀ ਸੋਸ਼ਲ ਮੀਡੀਆ ਤੇ, ਇਹਨਾਂ ਨੇ ਮੈਸੇਜ ਮੈਨੂੰ ਕੀਤਾ ਸੀਗਾ ਕਿ ਮੈਡਮ ਮੈਂ ਤੁਹਾਨੂੰ ਬਹੁਤ ਫੋਲੋ ਕਰਦੀ ਹਾਂ ਔਰ ਮੈਂ ਵੀ SSP ਬਣਨਾ ਚਾਹੁੰਦੀ ਹਾਂ। ਤਾਂ ਫਿਰ ਮੈਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਹੈਗੇ ਹੋ, ਫਿਰ ਇਹਨਾਂ ਨੇ ਦੱਸਿਆ ਕਿ ਆਦਮਵਾਲਾ ਨੂੰ ਬਿਲੋਂਗ ਕਰਦੇ ਔਰ ਇਹ ਸਕੂਲ 'ਚ ਪੜ੍ਹਦੇ ਆ। ਸੋ ਫਿਰ ਅਸੀਂ ਇਹਨਾਂ ਦਾ ਮੈਂ ਇਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੇ ਸਕੂਲ ਇਹਨਾਂ ਦੇ ਪੇਰੈਂਟਸ ਨਾਲ ਕੰਟੈਕਟ ਕਰਕੇ ਫਿਰ ਅੱਜ ਅਸੀਂ ਸੋਚਿਆ ਕਿ ਅੱਜ ਤੁਹਾਨੂੰ ਅਸੀਂ ਇੱਕ ਦਿਨ ਲਈ SSP ਦਾ ਕਿਵੇਂ ਇੱਕ SSP ਦਾ ਕੰਮ ਹੁੰਦਾ ਉਹ ਸਾਰਾ ਦਿਖਾਵਾਂਗੇ ਔਰ ਇੱਕ ਦਿਨ ਲਈ ਤੁਹਾਨੂੰ SSP ਬਣਨ ਦਾ ਮੌਕਾ ਮੈਮ ਐਸੀ ਕਿਤੇ ਐਕਟੀਵਿਟੀ ਚੱਲਦੀ ਰਹਿੰਦੀਆਂ ਨੇ, ਮੋਟੀਵੇਟ ਕਰਨ ਵਾਸਤੇ, ਬੱਚਿਆਂ ਨੂੰ ਪ੍ਰੇਰਿਤ ਕਰਨ ਵਾਸਤੇ ਚੱਲ ਜਾਂਦਾ ਹੈ। ਜੇਕਰ ਆਪਾਂ ਇਸ ਐਕਸਪੀਰੀਅੰਸ ਦੀ ਗੱਲ ਕਰੀਏ, ਇਸ ਬੱਚੀ ਨੂੰ ਮੌਕਾ ਦੇ ਕਿ ਪਹਿਲਾ ਮੌਕਾ ਹੈ ਜਾਂ ਪਹਿਲੇ ਵੀ ਇਸ ਆਫਿਸ ਵਾਸਤੇ ਕਿ ਮੌਕੇ ਦਿੱਤੇ ਜਾ ਸਕਦੇ? ਇਸ ਆਫਿਸ 'ਚ ਮੇਰੇ ਤੋਂ ਪਹਿਲਾਂ ਮੇਰੇ ਪ੍ਰੀਡੈਸੈਸਰ ਸਰਦਾਰ ਭੁਪਿੰਦਰ ਸਿੰਘ ਜੀ SSP ਫਾਜ਼ਿਲਕਾ ਵੱਲੋਂ, ਉਹਨਾਂ ਵੱਲੋਂ ਵੀ ਆਈ ਥਿੰਕ ਥੈਲੇਸੀਮੀਆ ਦਾ ਪੇਸ਼ੈਂਟ ਸੀਗਾ ਇੱਕ ਬੱਚਾ, ਤੇ ਉਸਨੂੰ ਇਹ ਮੌਕਾ ਦਿੱਤਾ ਗਿਆ ਸੀਗਾ। ਸੋ ਅੱਛਾ ਵੀ ਲੱਗਦਾ ਜੀ, ਕਿਉਂਕਿ ਬੱਚੇ ਇੰਸਪਾਇਰ ਹੁੰਦੇ ਆ। ਅਸੀਂ ਬੱਚਿਆਂ ਨਾਲ ਕੰਟੀਨਿਊਸਲੀ ਬਹੁਤ ਸਾਰੇ ਪ੍ਰੋਗਰਾਮਸ ਕਰਦੇ ਆ ਤੇ ਉੱਥੇ ਫੀਲ ਹੁੰਦਾ ਵੀ ਬੱਚੇ ਬਹੁਤ ਇੰਟਰਸਟ ਨਾਲ ਸੁਣਦੇ ਵੀ ਹੈ ਔਰ ਅੱਗੇ ਮੈਸੇਜ ਵੀ ਲੈ ਕੇ ਜਾਂਦੇ ਆ। ਅੱਜ ਕੱਲ੍ਹ ਲੋੜ ਹੈ ਆਪਾਂ ਨੂੰ ਸੋਸ਼ਲ ਅਵੇਅਰਨੈਸ ਦੀ ਵੀ। ਸੋ ਬੱਚੇ ਸਾਡੇ ਨਾਲ ਜੁੜਦੇ ਆ ਤਾਂ ਪੁਲਿਸ ਦਾ ਵੀ ਜਿਹੜੀ ਕਮਿਊਨਿਟੀ ਪੁਲਿਸਿੰਗ ਹੈਗੀ ਆ ਉਹ ਵੱਧ ਚੜ ਕੇ ਉਹਦੇ ਵਿੱਚ ਲੋਕ ਹਿੱਸਾ ਲੈਂਦੇ ਵੱਲੋਂ। ਨਸ਼ਿਆਂ ਨੂੰ ਲੈ ਕੇ ਕਦਮ ਚੱਕਣ ਦੀ ਗੱਲ ਕਹੀ ਗਈ ਆ, ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਚਾਹੇ ਉਹ ਇੱਕ ਦਿਨ ਦੀ SSP ਹੈ, ਕੋਈ ਵੀ ਹਰ ਜੋ ਪੰਜਾਬ ਦਾ ਨਾਗਰਿਕ ਹੈ, ਆਈ ਥਿੰਕ ਹਰ ਸਾਰੇ ਲੋਕ ਇਸ ਮੁੱਦੇ ਨੂੰ ਸੀਰੀਅਸਲੀ ਲੈਂਦੇ ਆ ਔਰ ਇਹ ਆਪਣੇ ਸਾਰਿਆਂ ਦਾ ਫਰਜ਼ ਹੈ। ਤੋ ਇੱਕ 9th ਕਲਾਸ ਦੀ ਬੱਚੀ ਹੈ, ਦੇਖੋ ਉਹਦੀ ਵੀ ਇਹੀ ਸੋਚ ਹੈ, ਪੁਲਿਸ ਦੀ ਵੀ ਇਹੀ ਸੋਚ ਹੈ, ਸਮਾਜ ਦੀ ਵੀ ਇਹੀ ਸੋਚ ਹੈ। ਸੋ ਇੱਥੋਂ ਇਹੀ ਹੈ ਕਿ ਆਪਾਂ ਸਭ ਨੇ ਮਿਲ ਕੇ ਫਾਈਟ ਕਰਨਾ ਹੈ ਔਰ ਕਰਾਂਗੇ ਵੀ, ਕਰ ਵੀ ਰਹੇ, ਅੱਗੇ ਵੀ ਕਰਦੇ ਰਹਾਂਗੇ। ਮੀਟਿੰਗ ਨੂੰ ਇੱਕ ਦਿਨ ਦਾ SSP ਲਗਾਇਆ ਗਿਆ ਜੀ। ਬਹੁਤ ਖੁਸ਼ੀ ਮੈਮ ਮਹਿਸੂਸ ਹੋਈ ਸਾਨੂੰ, ਮੇਰੀ ਬੇਟੀ ਬੈਠੀ ਹੈ ਕੁਰਸੀ ਤੇ, ਉਹਦੀ ਦਿਲੀ ਤਮੰਨਾ ਸੀ ਵੀ ਇੱਕ ਦਿਨ ਮੈਂ SSP ਬਣਾ ਸੀ। ਬਹੁਤ ਵੀ ਖੁਸ਼ ਨਸੀਬ ਹੈ, ਸਾਡੀਆਂ ਬੇਟੀਆਂ ਬੇਟੀਆਂ ਦੀ ਇਹ ਸੋਚ ਹੈ। ਤੁਹਾਡੇ ਵੱਲੋਂ ਆਪਦੀ ਬੇਟੀ ਨੂੰ ਸਪੋਰਟ ਕੀਤਾ ਜਾਵੇ ਕਿ ਅੱਗੇ ਵੱਡੇ ਹੋ ਕੇ ਇਸ ਕੁਰਸੀ ਦਾ ਜਾਂ ਮੁਕਾਮ ਹਾਸਿਲ ਕੀਤਾ ਜਾਵੇ? ਹਾਂਜੀ, ਪੂਰੀ ਸਪੋਰਟ ਹੈ ਜੀ। ਸਰ, ਕੀ ਨਾਮ ਹੈ ਆਪਣਾ ਜੀ? ਜਗਦੀਪ ਸਿੰਘ ਜੀ। ਕੀ ਕਹਿਣਾ ਚਾਹੋਗੇ ਇੱਕ ਦਿਨ ਦਾ SSP ਤੁਹਾਡੀ ਬੇਟੀ ਨੂੰ ਲਗਾਇਆ ਗਿਆ? ਸਾਡਾ ਆਪਣੀ ਬੱਚੀ ਮਤਲਬ ਚਾਹੁੰਦੀ ਹੈ ਵਧੀਆ ਅਫਸਰ ਬਣਨਾ, ਬਹੁਤ ਵਧੀਆ, ਬਹੁਤ ਖੁਸ਼ੀ ਸਾਨੂੰ। SSP ਮੈਡਮ ਵੱਲੋਂ ਇੱਕ ਦਿਨ ਦਾ ਲਗਾਇਆ ਗਿਆ SSP ਤੁਹਾਡੀ ਬੇਟੀ ਨੂੰ, ਮੈਮ ਦਾ ਕਿਸ ਤਰ੍ਹਾਂ ਤੁਸੀਂ ਆਭਾਰ ਚਲੋ? ਬਹੁਤ ਦਿਲੋਂ ਧੰਨਵਾਦ ਜੀ, ਬਹੁਤ ਧੰਨਵਾਦ ਕਰ ਰਹੇ ਮੈਡਮ ਜੀ ਦਾ, ਇਹਨੇ ਸਾਡੇ ਬੱਚੀ ਨੂੰ SSP ਬਣਾਇਆ ਇੱਕ ਦਿਨ, ਸਾਡੀ ਬੱਚੀ ਨੂੰ ਮੌਕਾ ਦਿੱਤਾ। ਦੱਸਿਆ ਜਾ ਰਿਹਾ ਬੇਟੀ ਵੱਲੋਂ ਵੀ ਫਾਦਰ ਸਾਹਿਬ ਨੇ ਕਿਹਾ ਸੀ SSP ਬਣਨ ਵਾਸਤੇ? ਹਾਂਜੀ ਹਾਂਜੀ, ਮੈਂ ਕਿਹਾ ਸੀਗਾ ਵੀ ਤੂੰ ਬੇਟੀ ਮਤਲਬ ਪੂਰੀ ਪੜ੍ਹ ਕੇ SSP ਬਣ, ਤਰੱਕੀ ਕਰ ਰਿਹਾ ਨਹੀਂ ਕੋਈ ਨਹੀਂ, ਵੀ ਡੈਡੀ ਮੈਂ ਮੈਨੂੰ ਸਾਰੀ ਉਮਰ ਪੜ੍ਹਾਈ ਦੇ ਲੱਗ ਜੇ, ਪਰ ਮੈਂ ਹੋਰ ਸੇ ਜ਼ਿਆਦਾ SSP ਕਰੂੰਗੀ ਜੀ। ਕਿਤੇ ਨਾ ਕਿਤੇ ਅੱਜ ਸ਼ੁਰੂਆਤ ਹੋ ਗਈ? ਹਾਂਜੀ ਹੋ ਗਈ, ਸ਼ੁਰੂਆਤ ਅੱਧੀ ਤਾਂ ਹੋ ਗਈ ਜੀ, ਪੂਰੀ ਹੋਣੀ ਕੀ ਕਰਨੀ ਬੇਟੀ ਜੀ। ਕਿਸ ਤਰ੍ਹਾਂ ਦਾ ਸਹਿਯੋਗ ਰਹੇਗਾ ਤੁਹਾਡਾ ਆਉਣ ਵਾਲੇ ਸਮੇਂ? ਅਸੀਂ ਤਾਂ ਪੂਰਾ ਸਹਿਯੋਗ ਕਰਨਾ ਜਿੰਨਾ ਮਤਲਬ ਬੱਚੇ ਦੇ ਕਰਨਾ ਆਪਾਂ, ਵੀ ਸਾਡਾ ਸਹਿਯੋਗ ਫੁੱਲ ਆ ਜੀ, ਬਾਕੀ ਇਹਨਾਂ ਦੇ ਮਿਹਨਤ ਹੈ ਜੀ।